ਸਾਰਿਆਂ ਨੂੰ ਅੱਜ ਨਾ ਅਸੀਂ ਪੰਜੀਰੀ ਬਣਾਵਾਂਗੇ ਹੁਣ ਅਸੀਂ ਕੜਾਹੀ ਰੱਖਣੀ ਅੱਗ ਮੱਚ ਦੀ ਸਾਡੀ देसी घ्यो पावांगे काली मिर्च ਪਤਾ ਪਤੀ ਆ ਪਾਈਆ ਹੈਗੀ ਤਾਂ ਹੈਗੀ ਜੀ ਕਾਲੀ ਮਿਰਚ ਕੁੱਟੀ ਫੁੱਲ ਪਤਾਸੇ ਭੁੰਨਾਂਗੇ ਕਿਤੇ ਆਟੇ ਨਾਲ ਇਹ ਚ ਲੱਗਣਾ ਵੀ ਨੀ ਹੈਗਾ ਫਿਰ ਘਿਓ ਕੈਂਟਾ ਆਪ ਵੀ ਲਾਈ ਦਾ ਵੈਸੇ ਹੁਣ ਮੈਨੂੰ ਰਾਤ ਨੂੰ ਵੀ ਦੇ ਸਾਰੇ ਵਾਲੇ ਨੇ ਸ਼ਹਿਰ ਨਹੀਂ ਦਿੱਤੇ ਕਿਲੋ ਹੀ ਘਿਓ ਆ ਸਾਡਾ ਹੁਣ ਅਸੀਂ ਇਹਦੇ ਵਿੱਚ ਕਿਲੋ ਹੀ ਆਟਾ ਪਾਵਾਂਗੇ ਆਹ ਦੇਖਣ ਵਾਲੀ ਵੀ ਪੂਰੀ ਬੇਇੱਜ਼ਤੀ ਕਰ ਰਹੇ ਸੀ
ਕਹਿੰਦੀ ਕਹਿੰਦਾ ਖਾਣੇ ਚ ਖਾਣੇ ਕਰਕੇ ਸਾਰੀ ਸੰਦ ਉੱਥੇ ਦੇ ਕੇ ਬਹਿ ਗਈ। ਸ਼ੱਕਰ ਪਾਈ ਸੀਗੀ ਦੀਦੀ ਦਾ। ਹੁਣ ਸਾਡਾ ਆਟਾ ਭੁੰਨਿਆ ਗਿਆ, ਇਹਦੇ ਤੇ ਪੂਰੇ 20 ਮਿੰਟ ਲੱਗੇ ਨੇ। ਹੁਣ ਅਸੀਂ ਇਹਨੂੰ ਲਾ ਲਾਂਗੇ, ਬਿਲਕੁਲ ਲਾਲ ਹੋ ਗਿਆ। ਹੁਣ ਅਸੀਂ ਇਹਨੂੰ ਲਾ ਲਾਂਗੇ। ਅੱਜ ਸਭ ਤੋਂ ਪਹਿਲਾਂ ਦਾਖਾਂ ਪਾਵਾਂਗੇ। ਹੁਣ ਅਸੀਂ ਦੂਜੇ ਨੰਬਰ ਤੇ ਖਸ ਖਸ ਪਾ ਦਾਂਗੇ। ਹੁਣ ਅਸੀਂ ਕਮਰ ਕਸ਼ ਪਾ ਦਾਂਗੇ। ਹੁਣ ਅਸੀਂ ਇਹ ਬੀਲ ਵੀ ਪਾ ਦਾਂਗੇ। ਸੰਘਾੜੀ ਨਹੀਂ, ਸੰਘਾੜੀ ਕਹਿੰਦੇ ਨੇ ਪੰਜੀਰੀ ਚ, ਉਹ ਵੀ ਪੈਂਦਾ ਹੁੰਦਾ। ਹੁਣ ਅਸੀਂ ਬਦਾਮ ਵੀ ਪਾ ਦਾਂਗੇ, ਇਹ ਕਾਜੂ, ਮਗਜ਼ ਪਾ ਦਾਂਗੇ। ਅਸੀਂ ਆਹ ਕਾਲੀ ਮਿਰਚ ਪਾਤੀ। ਹੁਣ ਇਹ ਗੂੰਦ ਵੀ ਪਾ ਦਾਂਗੇ ਜਿਹੜੀ ਆਪਾਂ ਨੇ ਕੁੱਟੀ ਸੀਗੀ, ਨਾਲੇ ਭੁੰਨੀ ਸੀ ਘਿਓ ਚ। ਇਹ ਵਾਲਾ ਵੀ ਜਿਹੜੇ ਫੁੱਲ ਪਤਾ ਸੀ ਆਪਾਂ ਕੁੱਟੇ ਸੀ ਉਹ ਪਾਤੇ। ਬਸ ਕਿਤੇ 2 ਮਿੰਟ ਦਾ ਕੰਮ ਆ। ਹੁਣ ਅਸੀਂ ਨਾ ਆ ਕੋਸੇ ਕੋਸੇ ਦੇ ਵਿੱਚ ਸਾਰੇ ਸਮਾਨ ਚ ਬੂਰਾ ਖੰਡ ਪਾ ਦਾਂਗੇ। ਦੇਖ ਲਾ ਕੀ ਬਣਾ ਰਹੀ ਆਂਟੀ, ਕਹਿੰਦੇ ਤੈਨੂੰ ਹਾਂ ਸਕੂਲੇ ਸਕੂਲੇ ਤੋਂ ਬਣ ਗਈ। ਉਹ ਕੀ ਬਣਾਉਂਦੇ?
ਹੁਣ ਅਸੀਂ ਇਹਨੂੰ ਹੱਥ ਨਾਲ ਬਿਲਕੁਲ ਮਿਕਸ ਕਰ ਦਾਂਗੇ ਸੱਕਰ ਤੇ ਉਹ ਮਿਲ ਜੂ ਵਿੱਚ ਮਿੱਠਾ ਸਾਰਾ ਉਤਾਰ ਦੇ ਦਾ चलते चुले ਹੁਣ ਸਾਡੀ ਪੰਜੀਰੀ ਬਿਲਕੁਲ ਤਿਆਰ ਹੈ।